ਸਤਿ ਸ਼੍ਰੀ ਅਕਾਲ ਜੀ, ਤੇ ਅਸੀਂ ਰਵਾਨਾ ਹੋ ਚੁੱਕੇ ਹਾਂ ਏਅਰਪੋਰਟ ਵੱਲ ਨੂੰ ਤੇ ਸਾਡੇ ਡਰਾਈਵਰ ਸਾਹਿਬ, ਗੁੱਡ ਮਾਰਨਿੰਗ ਗਾਇਸ, ਗੁੱਡ ਮਾਰਨਿੰਗ, ਤੇ ਚੱਲਦੇ ਹਾਂ ਆਪਾਂ ਅੱਗੇ ਏਅਰਪੋਰਟ ਵੱਲ ਨੂੰ ਤੇ ਉੱਥੇ ਜਾ ਕੇ ਦਿੰਦੇ ਹਾਂ ਕੀ ਕੁਛ ਬਣਦਾ ਆ, ਬੰਨਾ ਕੀ ਆ, ਜੋ ਸਾਨੂੰ ਬਣਾਇਆ ਵੀ ਕੁਛ ਮਿਲਣਾ ਹੈ ਤੇ ਮੈਨੂੰ ਪਤਾ ਤੁਸੀਂ ਮੈਨੂੰ ਜ਼ਿਆਦਾ ਐਕਸਾਈਟਡ ਹੋ। ਚਲੋ ਠੀਕ ਹੈ, ਅਤੇ ਗਾਇਸ ਸਾਡੇ ਵੀਰ ਭਰਾ ਜਿਹੜੇ ਆ ਚੁੱਕੇ ਨੇ ਸਾਡੇ, ਨਨੂ ਭਾਜੀ ਸਾਡੇ, ਹੈਸ਼ਟੈਗ ਫਰੈਂਡ ਫਰੈਵਰ ਸਾਡਾ ਪਾਂਡਾ ਹਾਡਾ ਮੋਟਾ ਗੋਗਲੂ ਮੋਗਲੂ, ਅਤੇ ਇੱਕ ਹੋਰ ਕੇਕ ਲੈ ਕੇ ਆਏ ਨੇ ਤੇ ਠੀਕ ਆ ਆਪਾਂ ਹੱਥ ਦੇ ਕੈਮ ਮਿਲ ਗਏ ਫੋਨ ਦੇ ਵੀ ਤਲਾ ਜੀ, ਅਤੇ ਲਾਸਟ ਡੇ ਸਾਡਾ ਇੱਥੇ ਇੰਡੀਆ ਦੇ ਵਿੱਚ, ਬਾਅਦ ਤੁਹਾਨੂੰ ਆ ਜਿਹੜਾ ਪੜਦੇ ਪੁੜਦੇ ਕੁਛ ਨਹੀਂ ਨਜ਼ਰ ਆਉਣਾ, ਇਹਦੇ ਪਿੱਛੇ ਤੁਹਾਨੂੰ ਆਈਫਲ ਟਾਵਰ, ਹੋਰ ਵੀ ਬਹੁਤ ਕੁਛ ਵਰਨ ਸੋਹਣੀਆਂ ਚੀਜ਼ਾਂ ਨਜ਼ਰ ਆਉਣਗੀਆਂ, ਰਸ਼ੀਆ ਵੀ ਜਾਵਾਂਗੇ, ਰਸ਼ੀਆ ਵੀ ਜਾਵਾਂਗੇ, ਚਾਚਾ ਵਾਓ, ਆਪ ਇਸ ਵੀਡੀਓ ਕੋ ਦੇਖਣ ਕੇ ਬਾਅਦ ਕਹੇਂਗੇ ਵਾਓ, ਮੈਂ ਮੂੰਹ ਤੇ ਲੱਗ ਲਗਾ ਕਰੇ ਚੋਕਲੇਟ ਹਮਕੋ ਪ੍ਰਦਾਨ ਕੀ ਜਾਏ, ਹੈਪੀ ਜਰਨੀ, ਚਲੋ ਜਾਂਦੇ ਪੁੱਛ ਉਹ ਵੀ ਬੈਠੇ ਆ ਖਾਣ ਵਾਲੇ, ਹੈਪੀ ਜਰਨੀ, ਓਮਪੋ ਬਾਬਾ ਓਮਪੋ, ਮੈਂ ਕਿਹਾ ਮੈਨੂੰ ਤੇ ਅਜੇ ਵੀ ਨੀ ਯਕੀਨ ਹੋਣ ਦਿਆ, ਲੱਕ ਚ ਮੁੱਕਾ ਮੱਕਾ ਮਾਰੇ ਕੇ ਜੋਰ ਦੀ, ਹੋਰ ਨਾ ਆ ਗਿਆ ਤੂੰ, ਆਹ ਕਿੰਨਾ ਗੋਰਾ ਗੋਰਾ ਚਿੱਟਾ ਲੱਗ ਰਿਹਾ, ਕੋਈ ਨੀ ਫਿਲਟਰ ਲਾ ਲਾਂਗੇ, ਨਹੀਂ ਲੱਗਣ ਦੇ, ਆ ਗਏ ਆਪਾਂ ਏਅਰਪੋਰਟ ਅੰਮ੍ਰਿਤਸਰ, ਅਤੇ ਅੱਗੇ ਸ਼ਾਇਦ ਪਹਿਲੇ ਦਿੱਲੀ ਫਿਰ ਬਾਅਦ ਚੋਂ ਕਹਾਂ, ਯੇ ਕਹਾਂ ਆ ਗਏ ਹੈ, ਯੇ ਕਹਾਂ ਆ ਗਏ ਹੈ, ਸਤਿ ਸ਼੍ਰੀ ਅਕਾਲ ਜੀ, ਤਾਂ ਆਪਾਂ ਬਹਿ ਗਏ ਜਹਾਜ਼ ਦੇ ਵਿੱਚ, ਮੈਨੂੰ ਯਕੀਨ ਨਹੀਂ ਹੋ ਰਿਹਾ, ਅਜੇ ਵੀ ਨਹੀਂ ਯਕੀਨ ਹੋ ਰਿਹਾ, ਆਖ ਬਾਅਦ ਕੈਮਰਾ ਘੁੰਮਾ ਕੇ ਖਾਣਾ ਹੈ, ਸ਼ਿਕੂ ਕਿੱਦਾਂ ਲੱਗ ਰਿਹਾ ਜੀ ਦੱਸੋ, ਸ਼ਿਕੂ ਕਿੱਦਾਂ ਲੱਗ ਰਿਹਾ, ਨਾਟ ਯਰ ਵਾਟ
ਕ੍ਰੇਟ ਖੋਲਦੇ ਮੈਨੇ ਕ੍ਰੇਟ ਚੋਂ ਨਿਕਲਦਾ ਗਈ ਹੈ ਠੀਕ ਹੈ ਠੀਕ ਸਹੀ ਇਹ ਸਿੱਧਾ ਇਹ ਬਹੁਤ ਮਹਿੰਗਾ ਕ੍ਰੇਟ ਹੈ ਇੱਕ ਮਟੀਰੀਅਲ ਨਿਕਲਿਆ ਮਟੀਰੀਅਲ ਇੱਕ ਨਿਕਲਿਆ ਮਟੀਰੀਅਲ ਉਰੇ ਸਿਲਵਰ ਫਲੈਕਸ ਵਾਹ ਇਹ ਤਾਂ ਵੈਰੀ ਨਾਈਸ ਹੈ ਸਾਲੇ ਇਹਨਾਂ ਨਾਲ ਦਾੜ ਵੀ ਨਹੀਂ ਗਿੱਲੀ ਹੋਣੀ ਮੇਰੀ ਦਿੱਲੀ ਏਅਰਪੋਰਟ ਅੱਗੇ ਜਾਵਾਂਗੇ ਅਤੇ ਆਪਾਂ ਪਾਰਕ ਦੇ ਵਿੱਚ ਘੁੰਮਣ ਆਏ ਹਾਂ ਜਿੱਥੇ ਆਪਾਂ ਝੂਲੇ ਝੱਟ ਲੈ ਰਹੇ ਹਾਂ ਠੀਕ ਹੈ ਨਜ਼ਾਰਾ ਐਂਡ ਅਤੇ ਠੰਡ ਬਹੁਤ ਜ਼ਿਆਦਾ ਹੱਥ ਇੱਕਦਮ ਜੰਮ ਚੁੱਕੇ ਨੇ ਨਜ਼ਾਰੇ ਫੁੱਲ ਨੇ ਅਤੇ ਬਾਕੀ ਝੂਲੇ ਝੱਟ ਲੈ ਰਹੀ ਹੈ ਜਨਤਾ ਪਾਰਕ 'ਚ ਆਏ ਹਾਂ ਛੋਟੀ ਜਿਹੀ ਘਰ ਦੇ ਲੱਗੇ ਸੀ ਹੁਣ ਖੇਡਾਂਗੇ ਥੋੜ੍ਹਾ ਮੈਂ ਕਿਹਾ ਸੈਰ ਸਪਾਟਾ ਕਰ ਆਈਏ ਵੇਖ ਆਈਏ ਮੋਲ ਤਾਂ ਲੈਣ ਡਿਆ ਪੂਰਾ ਚਾਓ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਅਤੇ ਹੁਣ ਬਾਕੀ ਅਗਲੇ ਵਲੋਗ ਦੀ ਵੇਟ ਕਰਿਓ ਅਤੇ ਬਹੁਤ ਜਲਦੀ ਲੈ ਕੇ ਆਵਾਂਗੇ ਬਹੁਤ ਜਲਦੀ ਮਤਲਬ ਬਹੁਤ ਜਲਦੀ ਇੱਕ ਦੋ ਦਿਨ 'ਚ ਪੂਰਾ ਜਿੰਨਾ ਵੀ ਜਿੱਥੇ ਵੀ ਵਿਜ਼ਿਟ ਕਰਨ ਜਾਵਾਂਗੇ ਉੱਥੇ ਦਾ ਤੁਹਾਨੂੰ ਵਿਖਾਵਾਂਗੇ ਸਾਰਾ ਨਜ਼ਾਰਾ ਅਤੇ
ਬਾਕੀ ਇੱਦਾਂ ਹੀ ਇਹ ਵਾਲੇ ਵਲੌਗ ਨੂੰ ਪਿਆਰ ਦਿਓ ਪੂਰਾ, ਲਾਈਕ ਸ਼ੇਅਰ ਬੂਮ ਬਾਮ ਕਰਦੇ ਰਹੋ, ਇੱਦਾਂ ਸਪੋਰਟ ਕਰਦੇ ਰਹੋ ਯਾਰ। ਬਾਕੀ ਹੁਣ ਕੰਟੀਨਿਊ ਤਾਂ ਨਹੀਂ ਰਿਹਾ ਜਾਏਗਾ, ਥੋੜ੍ਹਾ ਟਾਈਮ ਥੋੜ੍ਹਾ ਬਿਜ਼ੀ ਕਰਕੇ ਹੈ ਨਾ, ਸਟ੍ਰੀਮਿੰਗ ਵੇਖਾਂਗੇ ਬਾਅਦ ਜੇ ਫ੍ਰੀ ਟਾਈਮ ਮਿਲੇਗਾ। ਬਾਕੀ ਖਿੱਚ ਕੇ ਰੱਖਿਓ ਕੰਮ, ਲਾਈਕ ਸ਼ੇਅਰ ਦਬਾ ਕੇ ਪੂਰਾ। ਮਿਲਦੇ ਹਾਂ ਫਿਰ ਅਗਲੇ ਵਲੌਗ 'ਚ।